ਬਿਲਕੁਲ ਸਾਫ ਸੁਥਰੇ ਆ, ਔਰ ਸਿਰਫ ਸਿਰਫ 55,000 ਤੋਂ ਸਟਾਰਟ ਕਰ ਰਹੇ ਹਾਂ 13 ਪ੍ਰੋ ਮੈਕਸ, 55,000 ਤੋਂ, ਔਰ 13 ਪ੍ਰੋ 50,000 ਤੋਂ। ਤੁਸੀਂ ਦੇਖ ਸਕਦੇ ਹੋ 15 ਪ੍ਰੋ ਤੋਂ ਸਟਾਰਟ ਕਰਦੀ ਹੈ, 15 ਪ੍ਰੋ 15 ਪ੍ਰੋ ਮੈਕਸ, ਜਿਹੜੇ ਕਿ ਬਿਲਕੁਲ ਨਵੀਆਂ ਕੰਡੀਸ਼ਨਾਂ ਦੇ ਫੋਨ, ਜਿਹੜੇ ਕਿ ਗਰੰਟੀਆਂ ਦੀਆਂ ਸਾਰੀਆਂ ਮੈਂਸ਼ਨ ਹੈ ਹਰ ਫੋਨ ਦੇ ਉੱਤੇ, ਪੂਰਾ ਦਿਲ ਖੋਲ ਕੇ ਗਿਫਟ ਵੰਡਣੇ ਆ ਅਤੇ ਦਿਲ ਖੋਲ ਕੇ ਡਿਸਕਾਊਂਟ ਦੇਣੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਨਾਨਾ ਨਿਊ ਵਲੌਗ। ਇੱਕ ਵਲੌਗ ਲੈ ਕੇ ਆ ਚੁੱਕਾ ਸਚਦੇਵਾ ਮੋਬਾਈਲ ਹੱਬ 'ਤੇ ਜਾਣਾ ਆ ਆਪਾਂ, ਬਿਨਾਂ ਦੱਸੇ ਬਿਨਾਂ ਪੁੱਛੇ ਅਤੇ ਅਨਐਕਸਪੈਕਟਡ ਉਹਨਾਂ ਕੋਲ ਡੀਲਾਂ ਮੰਗਣੀਆਂ, ਦੇਖਦੇ ਹਾਂ ਕੀ ਡੀਲ ਦਊਗੇ ਜਾਂ ਨਹੀਂ ਦਊਗੇ। ਆਪਾਂ ਬਿਨਾਂ ਦੱਸੇ ਪੁੱਛੇ ਚੱਲੇ ਹਾਂ ਦੁਕਾਨ 'ਤੇ, ਕਿਉਂ ਚੱਲੇ ਹਾਂ? ਭਾਅ ਜੀ ਨੇ ਕਿਹਾ ਸੀ 15 ਦਿਨਾਂ ਬਾਅਦ, ਹਰ 15 ਦਿਨਾਂ ਬਾਅਦ ਤੁਹਾਡੇ ਲਈ ਵਲੌਗ ਆਊਗਾ, ਪਰ ਆਪਾਂ ਭਾਅ ਜੀ ਕੋਲ ਪਹੁੰਚ ਚੁੱਕੇ 15 ਦਿਨਾਂ ਬਾਅਦ, ਅਤੇ ਦੇਖਦੇ ਹਾਂ ਭਾਅ ਜੀ ਨੇ ਫੈਸਟੀਵਲ ਸੀਜ਼ਨ 'ਤੇ ਕੀ ਔਫਰ ਲਾਈ ਆ। ਚਲੋ ਚੱਲਦੇ ਹਾਂ, ਸਚਦੇਵਾ ਮੋਬਾਈਲ ਹੱਬ 'ਤੇ ਪਹੁੰਚ ਚੁੱਕੇ ਹਾਂ, ਚਲੋ ਫਿਰ ਚੱਲਦੇ ਹਾਂ। ਭਾਅ ਜੀ ਕੀ ਹਾਲ ਚਾਲ ਨੇ? ਹਾਂਜੀ, ਕਿੱਦਾਂ ਜੀ? ਠੀਕ ਠਾਕ ਹੋ ਭਾਅ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਦੱਸੋ ਕਿੱਦਾਂ? ਠੀਕ ਆ, ਹੈਰਾਨਗੀ ਹੋਈ ਕਿ ਨਹੀਂ ਇੱਕਦਮ ਆ ਗਿਆ? ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਕਿੱਦਾਂ ਬਿਨਾਂ ਫੋਨ ਤੋਂ ਹੀ? ਭਾਅ ਜੀ ਤੁਸੀਂ ਕਿਹਾ ਸੀ 15 ਦਿਨਾਂ ਬਾਅਦ ਵਲੌਗ ਆਊਗਾ, ਅੱਛਾ ਠੀਕ ਟਾਈਮ 'ਤੇ ਫੈਸਟੀਵਲ ਦੇ ਸੀਜ਼ਨ 'ਤੇ ਤੁਹਾਡੇ ਕੋਲ ਪਹੁੰਚ ਚੁੱਕਾ, ਤਿਆਰੀ ਪਹਿਲੇ ਖਿੱਚੀ ਹੋਈ ਹੈ ਤੁਸੀਂ? ਜੀ ਬਿਲਕੁਲ ਤਿਆਰੀ ਖਿੱਚੀ ਹੋਈ, ਜਿੱਦਾਂ ਹੀ ਸਾਵਨ ਚੜ੍ਹਦਾ ਵਾ ਸਾਡੇ ਤਿਉਹਾਰ ਸ਼ੁਰੂ ਹੋ ਜਾਂਦੇ, ਹਿੰਦੁਸਤਾਨ 'ਤੇ ਫੈਸਟੀਵਲ ਸੀਜ਼ਨ ਸਟਾਰਟ ਹੋ ਜਾਂਦਾ, ਅਸੀਂ ਤਿਆਰੀ ਪੂਰੀ ਖਿੱਚੀ ਹੋਈ, ਇਸ ਵੇਲੇ ਪੂਰਾ ਦਿਲ ਖੋਲ ਕੇ ਗਿਫਟ ਵੰਡਣੇ ਆ ਅਤੇ ਦਿਲ ਖੋਲ ਕੇ ਡਿਸਕਾਊਂਟ ਦੇਣੇ ਆ ਪੂਰੇ 5 ਮਹੀਨੇ। ਅੱਜ ਤਿਉਹਾਰ ਦੇ ਸਟਾਰਟ ਹੋ ਗਏ ਆ, ਰੱਖੜੀ ਤੋਂ ਤਿਉਹਾਰ ਆਪਣਾ ਪਹਿਲਾਂ ਰੱਖੜੀ ਹੈ, ਰੱਖੜੀ ਤੋਂ ਤਿਉਹਾਰ ਸਟਾਰਟ ਸੀਜ਼ਨ ਸਟਾਰਟ ਕਰ ਰਹੇ ਹਾਂ, ਇਸ ਤੋਂ ਬਾਅਦ ਦੀਵਾਲੀ ਆ ਰਹੀ ਹੈ, ਸਾਰੇ ਤਿਉਹਾਰ ਆ ਰਹੇ, ਵੱਡੇ ਛੋਟੇ ਸਾਰੇ ਤਿਉਹਾਰਾਂ ਦੇ ਦਿਲ ਖੋਲ ਕੇ ਗਿਫਟ ਦੇਣੇ ਆ। ਮੈਂ ਕਿਹਾ ਮੇਰੇ ਸਬਸਕ੍ਰਾਈਬਰ ਆ ਜਿਹੜੇ, ਉਹਨਾਂ ਨੂੰ ਸਰਪ੍ਰਾਈਜ਼ ਦਈਏ ਭਾਅ ਜੀ ਕੋਲ ਚੱਲਦੇ ਹਾਂ, 15 ਦਿਨਾਂ ਦਾ ਇਹਨਾਂ ਨੇ ਟਾਈਮ ਦਿੱਤਾ ਸੀ, ਵਲੌਗ ਕਿਉਂ ਨਹੀਂ ਆਇਆ? ਅਤੇ ਅੱਜ ਰੱਖੜੀ ਦਾ ਵਲੌਗ ਜਾਣੀ ਸਪੈਸ਼ਲ ਹੋਣ ਜਾ ਰਿਹਾ। ਜੀ ਬਿਲਕੁਲ, ਰੱਖੜੀ ਆ ਰਹੀ ਹੋ। ਅੱਛਾ ਜੀ, ਸੋ ਰੱਖੜੀ ਕਿੱਦਾਂ ਤਿਆਰ ਹੈ? ਭੈਣ ਭਰਾਵਾਂ ਦਾ ਤਿਆਰ ਹੈਗਾ ਵੈ, ਸਾਡੇ ਕੋਲ ਭਰਾ ਤਾਂ ਬਹੁਤ ਆਉਂਦੇ ਆ ਜਿਹੜੇ ਔਫਰਸ ਲੈ ਕੇ ਜਾਂਦੇ ਸਾਡੇ ਕੋਲ, ਵਧੀਆ ਵਧੀਆ ਔਫਰ ਲੈ ਕੇ, ਇਸ ਵਾਰੀ ਆਪਾਂ ਵਧੀਆ ਤੋਂ ਵਧੀਆ ਗਿਫਟ ਭੈਣ ਵਾਸਤੇ ਲੈ ਕੇ ਆਵਾਂਗੇ। ਸਾਡੇ ਜਿਹੜੀਆਂ ਛੋਟੀਆਂ ਭੈਣਾਂ ਵੱਡੀਆਂ ਭੈਣਾਂ ਜਿਹੜੀਆਂ ਸਾਡੇ ਕੋਲ ਫੋਨ ਲੈਣ ਆਉਂਦੀਆਂ ਵਾ, ਜਿਹੜੀਆਂ ਪਿੰਡਾਂ ਤੋਂ ਚੱਲ ਕੇ ਆਉਂਦੀਆਂ ਵਾ, ਉਹਨਾਂ ਨੂੰ ਇੱਕ ਤਾਂ ਆਉਣ ਜਾਣ ਦਾ ਕਿਰਾਇਆ ਬਿਲਕੁਲ ਫ੍ਰੀ ਰਹੂਗਾ, ਜਿੱਥੋਂ ਆਉਂਦੀਆਂ ਵਾ, ਜਿੱਥੋਂ ਜਿੱਥੋਂ ਤੁਰ ਕੇ ਆਊਗੀਆਂ, ਜੋ ਖਰਚਾ ਪਊਗਾ ਉਹਨਾਂ ਦਾ, ਜਿਹੜੇ ਸਾਧਨ ਨਾਲ ਆਊਗੀਆਂ ਉਹ ਕਿਰਾਇਆ ਸਾਡੇ ਲੋ ਮਿਲੂਗਾ। ਉਸ ਤੋਂ ਬਾਅਦ ਫੋਨ 'ਚ ਬੈਸਟ ਟੂ ਬੈਸਟ ਡਿਸਕਾਊਂਟ ਮਿਲੂਗਾ, ਵਿਦਆਊਟ ਪ੍ਰੋਫਿਟ ਫੋਨ ਦੇਵਾਂਗੇ ਰੱਖੜੀ ਤੱਕ। ਅੱਛਾ, 15 ਦਿਨ ਰੱਖੜੀ ਤੱਕ ਵਿਦਆਊਟ ਪ੍ਰੋਫਿਟ ਫੋਨ ਦੇਵਾਂਗੇ। ਸੈਕਿੰਡਲੀ ਜਾਣ ਲੱਗੇ ਉਹਨਾਂ ਨੂੰ ਮੂੰਹ ਮਿੱਠਾ ਕਰਾ ਕੇ ਭੇਜਾਂਗੇ, ਚੋਕਲੇਟ ਇੱਕ ਨਾਲ ਦੇਵਾਂਗੇ, ਨਾਲ ਇੱਕ ਗਿਫਟ ਜਿਹੜਾ ਕਿ ਰੱਖੜੀ ਦਾ ਸਾਰੀ ਹੈ, ਛੋਟੀ ਵੱਡੀ ਹਰ ਭੈਣ ਨੂੰ ਦੇਵਾਂਗੇ। ਚਲੋ, ਹਰ ਕੋਈ ਕਸਟਮਰ ਐਕਸਪੈਕਟ ਕਰਦਾ, ਪਰ ਭਾਅ ਜੀ ਨੇ ਆਪਣੇ ਵੱਲੋਂ ਔਫਰ ਲਾ ਦਿੱਤੀ ਆ ਅਤੇ ਸਾਰਿਆਂ ਲਈ ਸਰਪ੍ਰਾਈਜ਼ ਵੀ ਹੋਊਗਾ, ਕਾਫੀ ਚੀਜ਼ਾਂ ਜਿਹੜੀਆਂ ਕਾਫੀ ਡੀਲਾਂ ਤੁਹਾਨੂੰ ਮੌਕੇ 'ਤੇ ਵੀ ਮਿਲੂਗੀਆਂ, ਹੈ ਨਾ ਭਾਅ ਜੀ? ਇਹ ਜਿਹੜੀ ਔਫਰਸ ਹੁੰਦੇ ਇਹਨਾਂ 'ਤੇ ਸਾਡਾ ਕੋਈ ਲਾਲਚ ਨਹੀਂ ਹੁੰਦਾ, ਭੈਣ ਭਰਾਵਾਂ ਦਾ ਰਿਸ਼ਤਾ ਹੈ, ਬੜਾ ਇਮੋਸ਼ਨਲ ਜਿਹੇ ਰਿਸ਼ਤੇ ਹੈਗੇ, ਇਹਨਾਂ 'ਤੇ ਸਾਡਾ ਕੋਈ ਲਾਲਚ ਨਹੀਂ ਹੁੰਦਾ, ਇਹਨੇ ਜੋ ਕੁਛ ਕਰਾਂਗੇ ਅਸੀਂ ਦਿਲੋਂ ਹੀ ਕਰਾਂਗੇ। ਦਿਲੋਂ ਕਰਾਂਗੇ, ਅਤੇ ਦਿਲੋਂ ਬਹੁਤ ਹੀ ਜ਼ਿਆਦਾ ਸਬਸਕ੍ਰਾਈਬ ਕਰ ਰਹੇ ਆ, ਫੋਲੋ ਕਰ ਰਹੇ ਆ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਭਾਅ ਜੀ। ਇਹ ਔਫਰ ਤੁਸੀਂ ਛੋਟੀ ਜਿਹੀ ਔਫਰ ਮੰਗਣੀ ਆ ਜਿਹੜਾ ਸਬਸਕ੍ਰਾਈਬਰ ਜੀ, ਬਿਲਕੁਲ ਸਾਡੀ ਰਿਕੁਐਸਟ ਇਹੀ ਹੈ, ਤੁਸੀਂ ਲਾਈਕ ਕਰੋ, ਕਮੈਂਟ ਕਰੋ ਸਾਡੀ ਵੀਡੀਓ ਨੂੰ, ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਤੁਹਾਨੂੰ ਬੈਸਟ ਟੂ ਬੈਸਟ ਔਫਰ ਹਮੇਸ਼ਾ ਹੀ ਦਿਖਦੀਆਂ ਰਹਿਣ। ਹਾਂ, ਰੀਜ਼ਨ ਇਹੀ ਆ ਸ਼ੇਅਰ ਕਰਨੇ ਦਾ, ਤੁਹਾਡੇ ਲਈ ਨਵੀਆਂ ਨਵੀਆਂ ਡੀਲਾਂ ਲੈ ਕੇ ਆਈਏ। ਅਤੇ ਅੱਜ ਨਵਾਂ ਕੀ ਆ ਭਾਅ ਜੀ? ਜੀ ਅੱਜ ਆਪਣੇ ਕੋਲੋਂ ਤੁਸੀਂ ਦੇਖ ਸਕਦੇ ਹੋ ਕਿ ਵਰਾਇਟੀ ਤਾਂ ਤੁਸੀਂ ਹਰ ਵਾਰੀ, ਤੁਹਾਨੂੰ ਜਿੰਨੀ ਵਾਰੀ ਆਉਂਦੇ ਹੋ ਸਾਰੀ ਬਦਲੀ ਹੋਈ ਮਿਲਦੀ ਹੈ, ਜਿਹੜਾ ਮਾਲ ਤੁਸੀਂ ਇੱਕ ਵਾਰੀ ਦੇ ਕੇ ਆਉਂਦੇ ਹੋ ਅਗਲੀ ਵਾਰੀ ਨੈਕਸਟ ਟਾਈਮ ਨਹੀਂ ਮਿਲਦਾ, ਨਹੀਂ ਮਿਲਦਾ। ਪਰ ਐਪਲ ਦੇ ਜਿਹੜੇ ਮਾਡਲ ਹੈ, ਮਾਡਲ ਦਾ ਸੇਮ ਹੀ ਹੈ, ਕੰਡੀਸ਼ਨਾਂ ਸਾਰਿਆਂ ਦੀਆਂ ਚੇਂਜ ਹੈਗੀਆਂ ਵੈ, ਸਾਰੇ ਫੋਨ ਬਿਲਕੁਲ ਸਾਫ਼ ਸੁਥਰੇ ਹੈ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ 15 ਪ੍ਰੋ ਤੋਂ ਸਟਾਰਟ ਕਰਦੀ ਹੈ, 15 ਪ੍ਰੋ 15 ਪ੍ਰੋ ਮੈਕਸ, ਜਿਹੜੇ ਕਿ ਬਿਲਕੁਲ ਨਵੀਆਂ ਕੰਡੀਸ਼ਨਾਂ ਦੇ ਫੋਨ, ਜਿਹੜੇ ਕਿ ਗਰੰਟੀਆਂ ਦੀਆਂ ਸਾਰੀਆਂ ਮੈਂਸ਼ਨ ਹੈ ਹਰ ਫੋਨ ਦੇ ਉੱਤੇ, ਜਿਹੜੇ ਕਿ ਘੱਟੋ ਘੱਟ 4-4 5-5 ਮਹੀਨੇ ਦੀ ਗਰੰਟੀ 'ਚ ਹੈਗੇ ਆ ਫੋਨ, ਉਹ ਸਿਰਫ 80,000 ਤੋਂ ਸਟਾਰਟ ਕਰ ਰਿਹਾ ਸੀ 15 ਪ੍ਰੋ ਸੀਰੀਜ਼, ਸਿਰਫ 80,000 ਤੋਂ ਪ੍ਰੋ ਸੀਰੀਜ਼, 15 ਪ੍ਰੋ ਸੀਰੀਜ਼ ਬੱਲੇ। ਸੋ ਭਾਅ ਜੀ ਇੱਕ ਇਹ ਚੀਜ਼ ਆ, iPhone 16 ਆਉਣ ਲੱਗਾ ਜੀ, ਅਤੇ ਔਫਰ ਮੇਰਾ ਖਿਆਲ ਤੁਹਾਡੀਆਂ ਪਹਿਲੇ ਹੀ ਸ਼ੁਰੂ ਹੋ ਜਾਂਦੀਆਂ, ਉਹਦੀ ਵੀ ਤਿਆਰੀ ਸਾਡੇ ਸਰ ਪਹਿਲਾਂ ਹੀ ਰਹੂਗੀ।
ਉਹਦੇ ਲਈ ਆਪਾਂ ਰੀਲ ਵੀ ਬਣਾਵਾਂਗੇ ਅਤੇ ਵੀਡੀਓ ਵੀ ਬਣਾਵਾਂਗੇ ਸਪੈਸ਼ਲ 16 ਲਈ। ਆਈਫੋਨ 16 ਜਦੋਂ ਆਊਗਾ ਉਸ ਤੋਂ 15 ਦਿਨ ਪਹਿਲਾਂ ਆਪਣਾ ਬੈਸਟ ਵਾਲਾ ਵਲੌਗ ਬਣਾਵਾਂਗੇ ਆਪਾਂ। ਠੀਕ ਹੈ। ਸੋ ਜਿਹੜਾ ਥੱਲੇ ਲਿਖ ਕੇ ਆਊਗਾ ਕਮੈਂਟ ਹੈਪੀ ਰਕਸ਼ਾ ਬੰਧਨ ਜਾਂ ਕੋਈ ਵੀ ਜਿਹੜਾ ਆਪਾਂ ਕੋਡ ਹੀ ਚਲੋ ਮੰਨ ਲਓ, ਉਹਨਾਂ ਲਈ ਸਪੈਸ਼ਲ ਗਿਫਟ ਹੋਊਗਾ। ਅਤੇ ਭਾਅ ਜੀ ਸ਼ੁਰੂ ਕਰਦੇ ਹਾਂ, ਕਿਹੜਾ ਮੋਬਾਈਲ ਹੈ ਆਪਣੇ ਕੋਲ? ਸਰ ਉੱਪਰ ਤੋਂ ਸ਼ੁਰੂ ਕਰਾਂਗੇ, 15 ਪ੍ਰੋ ਮੈਕਸ ਤੋਂ ਸਟਾਰਟ ਕਰਾਂਗੇ। 15 ਪ੍ਰੋ ਜਿੱਦਾਂ ਕਿ ਤੁਹਾਨੂੰ ਦੱਸਿਆ 80,000 ਰੁਪਏ ਸਟਾਰਟ ਹੈ, 15 ਪ੍ਰੋ ਮੈਕਸ ਹੈ ਉਹ 90,000 ਤੋਂ ਸਟਾਰਟ ਹੈ। ਅੱਛਾ ਜੀ। ਔਰ ਵਿਦ 4-5 ਮਹੀਨੇ ਦੀ ਗਰੰਟੀ ਪਈ ਹੋਊਗੀ। 20 ਦੀ 9500 ਬੈਟਰੀ ਹੈ, ਕੰਡੀਸ਼ਨਾਂ ਬਿਲਕੁਲ ਨਵੀਆਂ ਹੈਗੀਆਂ ਵਾ। ਅੱਛਾ ਜੀ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੈਕਸ ਹੈਗਾ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨਾਂ ਹੋ ਗਈਆਂ। ਅਤੇ ਆਹ 15 ਪ੍ਰੋ ਆ? 15 ਪ੍ਰੋ ਤੁਹਾਨੂੰ 80,000 ਰੁਪਏ ਮਿਲ ਜੂਗਾ, ਫਿਜ਼ੀਕਲ ਡੂਅਲ ਸਿਮ ਹੈ, ਹੋਂਗਕੋਂਗ ਦਾ। ਅੱਛਾ ਜੀ ਜੀ। ਅਤੇ ਕਲਰ ਚੈੱਕ ਕਰੋ ਇਹਨਾਂ ਦੇ ਕਿੰਨੇ ਵਧੀਆ ਹੈ। ਇਹਦੇ ਸਰ ਬਲੈਕ ਕਲਰ, ਨੈਚੁਰਲ ਕਲਰ, ਵਾਈਟ ਕਲਰ, ਆਪਣੇ ਕੋਲ ਸਾਰੇ ਕਲਰ ਅਵੇਲੇਬਲ ਪਏ ਆ। ਅੱਛਾ ਜੀ, ਠੀਕ ਹੈ। ਨੈਕਸਟ ਭਾਅ ਜੀ? ਇਸ ਤੋਂ ਬਾਅਦ ਸਰ 14 ਪ੍ਰੋ ਮੈਕਸ ਔਰ 14 ਪ੍ਰੋ ਹੈ। ਜਿਹੜਾ 14 ਪ੍ਰੋ ਮੈਕਸ ਹੈ ਉਹ ਅਸੀਂ 14 ਪ੍ਰੋ ਦੇ ਰੇਟ 'ਤੇ ਕਰਤਾ। 14 ਪ੍ਰੋ ਸਿਰਫ ਔਰ ਸਿਰਫ 14 ਪ੍ਰੋ ਮੈਕਸ 70,000 ਰੁਪਏ ਦੇ ਰਹੇ ਹਾਂ, ਅਤੇ 14 ਪ੍ਰੋ ਆ ਜਿਹੜਾ 65,000 ਤੋਂ ਸਟਾਰਟ ਕਰਤਾ। 65,000 ਤੋਂ, ਠੀਕ ਹੈ। ਸੋ ਅੱਗੇ ਨੈਕਸਟ ਭਾਅ ਜੀ? ਇਸ ਤੋਂ ਬਾਅਦ ਸਰ 13 ਪ੍ਰੋ ਮੈਕਸ ਹੈ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਆ ਲੱਗਾ ਸਰ, ਗੋਲਡ ਕਲਰ, ਬਲੂ ਕਲਰ, ਗਰੇ, ਵਾਈਟ, ਸਾਰੇ ਕਲਰ ਅਵੇਲੇਬਲ ਹੈ। ਪੀਸ ਬਿਲਕੁਲ ਸਾਫ਼ ਸੁਥਰੇ ਆ ਔਰ ਸਿਰਫ 55,000 ਤੋਂ ਸਟਾਰਟ ਕਰ ਰਹੇ ਹਾਂ 13 ਪ੍ਰੋ ਮੈਕਸ। 55,000 ਤੋਂ ਔਰ 13 ਪ੍ਰੋ 50,000 ਤੋਂ। ਸੋ ਐਕਸਚੇਂਜ ਔਫਰ? ਐਕਸਚੇਂਜ ਔਫਰ ਸਰ ਸਾਡੇ ਕੋਲ ਜਿਹੜਾ ਫੋਨ ਜਿੱਦਾਂ ਦਾ ਸਾਫ਼ ਸੁਥਰਾ ਦੇਵਾਂਗੇ ਉੱਦਾਂ ਦਾ ਸਾਫ਼ ਸੁਥਰਾ ਹੀ ਲਵਾਂਗੇ। ਅਸੀਂ ਖੁੱਲ੍ਹਿਆ ਫੋਨ ਡੀਲ ਨਹੀਂ ਕਰਦੇ, ਮਤਲਬ ਕਸਟਮਰ ਆਉਂਦੇ ਆ ਕਈ ਵਾਰੀ ਖੁੱਲ੍ਹਿਆ ਫੋਨ ਐਕਸਚੇਂਜ ਔਫਰ ਪੁਰਾਣਾ ਫੋਨ ਦੇਣ ਦੀ ਕੋਸ਼ਿਸ਼ ਕਰਦੇ, ਪਰ ਅਸੀਂ ਨਾ ਖੁੱਲ੍ਹਿਆ ਫੋਨ ਨਹੀਂ ਡੀਲ ਕਰਦੇ। ਅਸੀਂ ਸਾਫ਼ ਸੁਥਰੇ ਫੋਨ ਹੀ ਲਵਾਂਗੇ ਪਰ ਵੈਲਿਊ ਦੇਵਾਂਗੇ ਸਾਰੇ ਬਾਜ਼ਾਰ ਨਾਲ ਮੈਕਸੀਮਮ। ਅੱਛਾ ਜੀ। ਜਿਹੜਾ ਸਾਡੇ ਕੋਲ ਫੋਨ ਤੁਸੀਂ ਲੈ ਕੇ ਜਾਓਗੇ ਸਾਰੇ ਬਾਜ਼ਾਰ ਨਾਲ ਸਸਤਾ ਤੁਹਾਨੂੰ ਦੇਵਾਂਗੇ। ਅੱਛਾ। ਜਿਹੜਾ ਫੋਨ ਤੁਸੀਂ ਲੈ ਕੇ ਆਓਗੇ ਬਾਜ਼ਾਰ ਨਾਲ ਸਾਰਾ ਮਹਿੰਗਾ ਫੋਨ ਤੁਹਾਡੇ ਕੋਲ ਲਵਾਂਗੇ। ਠੀਕ ਹੈ, ਲਓ ਵੀ ਬੈਸਟ ਡੀਲ ਇੱਥੇ ਵੀ ਲਾ ਦਿੱਤੀ। ਇਸ ਗੱਲ ਦਾ ਪ੍ਰੋਮਿਸ ਹੈ ਸਾਡਾ। ਅੱਛਾ, ਅੱਗੇ ਭਾਅ ਜੀ ਕਿਹੜਾ ਫੋਨ ਆ? ਇਸ ਤੋਂ ਬਾਅਦ 13 ਪ੍ਰੋ ਮੈਕਸ ਤੋਂ ਬਾਅਦ 12 ਪ੍ਰੋ ਮੈਕਸ ਦੀ ਵਾਰੀ ਹੈ। 12 ਪ੍ਰੋ ਮੈਕਸ ਹੈ ਗੋਲਡ, ਗ੍ਰੀਨ, ਗ੍ਰੇ, ਸਾਰੇ ਕਲਰ ਅਵੇਲੇਬਲ ਹੈਗੇ ਆ। ਬਲੂ ਕਲਰ ਅਵੇਲੇਬਲ ਹੈ, ਜਿਹੜਾ ਸਿਰਫ ਸਿਰਫ ਅਸੀਂ 40,000 ਰੁਪਏ ਦਾ ਲਾਤਾ ਹੈ। 40,000 ਦੇ ਵਿੱਚ 12 ਪ੍ਰੋ ਮੈਕਸ ਸਿਰਫ 40,000 ਰੁਪਏ ਦਾ। ਕੰਡੀਸ਼ਨ ਦੀ ਗੱਲ ਕਰੀਏ, ਇੱਕਦਮ ਸਾਫ਼, ਇੱਕਦਮ ਸਾਫ਼ ਕੰਡੀਸ਼ਨਾਂ ਦੇ ਫੋਨ ਮਿਲੂਗੇ। 12 ਪ੍ਰੋ ਮੈਕਸ ਜਿਹੜਾ ਕਿ 40,000 ਤੋਂ ਸਟਾਰਟ ਕਰ ਰਹੇ ਹਾਂ ਔਰ ਜਿਹੜਾ 12 ਪ੍ਰੋ ਹੈ ਉਹ 35,000 ਤੋਂ ਸਟਾਰਟ ਕਰ ਰਹੇ ਹਾਂ। ਅੱਛਾ, 35 ਦਾ ਵੀ ਛੱਡੋ, 32-33 ਵਾਲੇ ਵੀ ਦੇ ਦਾਂਗੇ। ਲਓ ਵੀ ਚੱਕੋ, ਤੁਹਾਡੇ ਤੋਂ ਧਮਾਕੇਦਾਰ ਡੀਲ ਆ। ਅਤੇ ਬੈਟਰੀਆਂ ਦਾ ਬੜਾ ਚੱਕਰ ਪੈਂਦਾ ਸਰ, ਬੈਟਰੀਆਂ ਨਾ ਆਮ ਮਾਰਕੀਟ ਕੀ ਕਰਦੇ ਆ ਲੋਕ, ਬੂਸਟ ਕਰਾ ਕੇ ਵੇਚਦੇ ਆ। ਅੱਜ ਕੱਲ੍ਹ ਸਾਡੇ ਕੋਲ ਤੁਸੀਂ ਦੇਖੋ ਕਈ ਫੋਨਾਂ ਦੀ ਬੈਟਰੀ ਆਊਗੀ 82-83, ਠੀਕ ਹੈ, ਕਈ ਫੋਨਾਂ ਦੀਆਂ ਹੋ ਗਈਆਂ ਵਿੱਚ। ਵੈਸੇ ਤਾਂ ਮੈਕਸੀਮਮ 90 ਦੇ ਆਸ ਪਾਸ ਹੈ, ਪਰ ਜਿਹੜੀ ਸੀਰੀਜ਼ ਪੁਰਾਣੀ ਹੋ ਗਈ ਹੈ, ਜਿਹੜੀ 12 ਸੀਰੀਜ਼ ਅਤੇ 2-3 ਸਾਲ ਪੁਰਾਣੀ ਸੀਰੀਜ਼ ਹੋ ਗਈ ਹੈ, ਚੱਲ ਗਏ 82 ਬੈਟਰੀ ਵੀ ਹੈ ਨਾ, ਅਸੀਂ 82 ਬੈਟਰੀ ਕਹਿ ਕੇ ਕਸਟਮਰ ਨੂੰ ਦਿੰਦੇ ਹਾਂ ਜੀ, 86 ਬੈਟਰੀ 86 ਦੱਸ ਕੇ ਦਿੰਦੇ ਹਾਂ। ਅੱਛਾ, ਜੇ ਬੂਸਟ ਕਰਾਉਣੀ ਹੋਵੇ ਅਸੀਂ 90-90 ਕਰਕੇ ਐਂ ਵਿਕਣ ਪਰ ਐਂ ਹੀ ਵਾਪਸ ਆਉਣਗੇ ਫੋਨ, ਠੀਕ ਹੈ, ਕਸਟਮਰ ਖਰਾਬ ਹੋ ਗਏ ਸਾਡੇ, ਕੰਪਲੇਂਟਸ ਆਉਂਦੀਆਂ ਜੀ। ਅਸੀਂ 82 ਬੈਟਰੀ ਜਿਹੜੀ ਓਰੀਜਨਲ ਆ, ਓਰੀਜਨਲ ਕਹਿ ਕੇ ਦਿੰਦੇ, ਸੀਲਡ ਬੈਕ ਫੋਨ, ਠੀਕ ਹੈ। ਜਦੋਂ 80 ਤੋਂ ਥੱਲੇ ਆਉਂਦੀ ਹੈ ਕਸਟਮਰ ਦੀ ਵਿਲਿੰਗ ਨਾਲ ਅਸੀਂ ਬੈਟਰੀ ਚੇਂਜ ਕਰਾ ਕੇ ਦਿੰਦੇ, ਉਹ ਵੀ ਜੈਨੂਅਨ ਬੈਟਰੀ ਪਾ ਕੇ ਦਿੰਦੇ ਹਾਂ, ਠੀਕ ਹੈ। ਸੋ ਬਿੱਲ ਵਗੈਰਾ ਨਾਲ ਹੀ ਦਿੰਦੇ ਹੋ ਜੀ? ਬਿੱਲ ਸਾਡਾ ਹਰ ਪੁਰਾਣੇ ਫੋਨ ਦਾ ਬਿੱਲ ਹੁੰਦਾ ਜੀ, 15 ਦਿਨ ਦੀ ਗਰੰਟੀ ਹੁੰਦੀ ਹੈ, ਕਾਊਂਟਰ ਦੀ ਰਿਪਲੇਸਮੈਂਟ ਹੁੰਦੀ ਹੈ, ਕੋਈ ਵੀ ਦਿੱਕਤ ਆਉਂਦੀ ਹੈ ਤੁਸੀਂ ਫੋਨ ਰਿਪਲੇਸ ਕਰ ਸਕਦੇ ਹੋ ਸਾਡੇ ਕੋਲ, ਠੀਕ ਹੈ, ਡਨ ਭਾਅ ਜੀ। ਛੋਟੇ ਮਾਡਲਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਬਾਏ ਕਰਨਾ, ਘੱਟ ਬਜਟ ਆ ਜੀ ਜੀ ਜੀ। ਅੱਜ ਜਿੱਦਾਂ ਕਿ ਆਈਫੋਨ 11 ਹੈ, ਜਿਹੜੇ ਕਿ ਸਿਰਫ ਸਿਰਫ 18,000 ਦਾ ਆਪਾਂ ਸਟਾਰਟ ਕਰ ਰਹੇ ਹਾਂ। ਅੱਛਾ ਜੀ। ਇਹ ਕਿਸੇ ਟਾਈਮ 'ਤੇ ਆਪਾਂ 30,000 ਰੁਪਏ ਆਪ ਵੇਚਦੇ ਹੁੰਦੇ ਸੀਗੇ, 18,000 ਤੋਂ ਸਟਾਰਟ ਕਰ ਰਹੇ ਹਾਂ ਆਈਫੋਨ 11। ਡਾਊਨ ਚੱਲ ਗਿਆ ਰੇਟ ਜੀ, ਕਿਉਂਕਿ ਇਹ 4G ਹੈ ਨਾ, 5G 12 ਤੋਂ ਸਟਾਰਟ ਹੋ ਰਿਹਾ ਵੈ, ਇਸ ਲਈ 12 ਆਪਾਂ ਵੇਚ ਰਹੇ ਹਾਂ 25,000 ਰੁਪਏ ਦਾ, ਇਹ 18,000 ਰੁਪਏ ਦਾ ਕਰਤਾ ਜੀ, ਠੀਕ ਹੈ। 18,000 ਤੋਂ ਸ਼ੁਰੂ ਹੋ ਜਾਂਦਾ 64 GB। ਉਸ ਤੋਂ ਬਾਅਦ ਤੁਸੀਂ ਕਸਟਮਰ ਨੂੰ ਦਿਖਾ ਸਕਦਾ ਨੀਚੇ ਸਟੋਕ ਲੱਗਾ ਸਾਰਾ, ਛੋਟਾ ਸਟੋਕ ਆਈਫੋਨ X ਹੈ, XS ਹੈ, ਜਿਹੜਾ X ਹੈ 15,000 ਦਾ ਕਰਤਾ, ਜਿਹੜਾ XS ਹੈਗਾ ਵੈ ਉਹ 18,000 ਰੁਪਏ ਦਾ ਕਰਤਾ। ਅੱਛਾ, ਇਸ ਤੋਂ ਇਲਾਵਾ XS ਮੈਕਸ ਹੈਗੇ ਆ, ਜਿਹੜੇ XS ਮੈਕਸ ਹੈ ਉਹ ਤੁਹਾਨੂੰ ਸਿਰਫ ਸਿਰਫ ਅਸੀਂ 20,000 ਰੁਪਏ ਤੋਂ ਸਟਾਰਟ ਕਰ ਰਹੇ ਹਾਂ XS ਮੈਕਸ। ਅੱਛਾ ਜੀ। ਇਸ ਤੋਂ ਬਾਅਦ XR ਹੈ, ਜਿਹੜੇ ਕਿ ਅਪਡੇਟਡ ਹੈ, ਹੁਣ ਤੱਕ 18 ਅਪਡੇਟ ਵੀ ਇਹਦੇ 'ਚ ਆਊਗਾ, ਸਿਰਫ 15,000 ਰੁਪਏ ਦੇ ਰਹੇ ਹਾਂ XR ਅਸੀਂ। 15,000 ਪੋਰਟਰੇਟ ਕੈਮਰਾ ਵੈ ਇਹਦੇ 'ਚ ਵੀ।
ਉਸ ਤੋਂ ਬਾਅਦ ਆਈਫੋਨ 8 ਹੈ, ਇਸ ਤੋਂ ਨੀਚੇ ਆ ਜਾਈਏ ਆਈਫੋਨ 8, 8 ਪਲੱਸ, 8 ਪਲੱਸ ਜਿੱਦਾਂ ਕਿ ਮਾਰਕੀਟ ਦਾ ਤੁਹਾਨੂੰ ਮਿਲੂਗਾ 15,000 ਦਾ, ਸਾਡੇ ਕੋਲ ਮਿਲੂਗਾ 12,000 ਰੁਪਏ ਦਾ। 8 ਪਲੱਸ ਦੀ ਕੰਡੀਸ਼ਨ ਦਿਖਾ ਦਿਓ ਇੱਕ ਵਾਰੀ। ਇੱਕਦਮ 100 ਸਰ, ਇੱਕਦਮ 100। ਹਾਂ, ਇਹ ਤਾਂ ਦੇਖਣ ਨੂੰ ਨਹੀਂ ਮਿਲਦਾ ਅੱਜ ਕੱਲ੍ਹ। 100 ਬੈਟਰੀ, 100 ਕੰਡੀਸ਼ਨ। ਅੱਛਾ ਜੀ, ਚੈੱਕ ਕਰੋ। ਸਿਰਫ 12,000 ਰੁਪਏ ਦਾ ਅਸੀਂ ਕਰਤਾ ਵੈ। ਇਸ ਤੋਂ ਬਾਅਦ ਆਈਫੋਨ 8 ਹੈਗੇ ਆ, ਇਹਦੇ ਸਾਰੇ ਕਲਰ ਮਿਲ ਜੂਗੇ। ਅੱਛਾ, ਦੇਖ ਲਓ ਸਾਰੇ ਕਲਰ, ਰੈੱਡ, ਗ੍ਰੇ, ਬਲੈਕ, ਸਾਰੇ ਕਲਰ ਅਵੇਲੇਬਲ ਹੈ 8 ਵਿੱਚ। ਅੱਛਾ ਜੀ, ਸਿਰਫ ਸਿਰਫ ਅਸੀਂ ਕਰਤਾ 10,000 ਰੁਪਏ ਦਾ। 10,000 ਦਾ ਆਈਫੋਨ 8 ਲੈ ਜਾਓ। ਅਤੇ ਭਾਅ ਜੀ 7 ਦੀ ਗੱਲ ਕਰੀਏ। 7 ਦੀ 6,000 ਰੁਪਏ ਦਾ ਕਰਤਾ ਜੀ। ਸਿਰਫ 7 6,000 ਰੁਪਏ ਦਾ, 6 4,000 ਰੁਪਏ ਦਾ। ਅੱਛਾ ਜੀ, ਅਤੇ ਗੱਲ ਕਰੀਏ ਆਪਣਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਰੇਟਾਂ ਦੀ? ਆਪਣੇ ਕੋਲ 4,000 ਤੋਂ ਆਈਫੋਨ ਸਟਾਰਟ ਹੈ, ਆਈਫੋਨ 6, ਬਟ ਉਹ ਬੜੇ ਲਿਮਿਟਡ ਜਿਹੇ ਪੀਸ ਹੁੰਦੇ। ਅਸੀਂ 4,000 ਕਹਿੰਦੇ ਹਾਂ ਅਤੇ 40 ਬੰਦੇ ਆ ਜਾਂਦੇ ਆ, ਫੋਨ ਆਪਣੇ ਕੋਲ 10-15 ਹੁੰਦੇ ਆ, ਉਹ ਦਿੱਤੇ ਜਾਂਦੇ। ਆਈਫੋਨ 6 ਤੋਂ ਸਟਾਰਟ ਹੈ, 6,000 ਰੁਪਏ ਦਾ ਫੋਨ ਸਟਾਰਟ ਹੈ। ਆਈਫੋਨ 6 32 GB, 128 GB 8,000 ਸਟਾਰਟ ਹੈ। ਡਿਲੀਵਰੀ ਕਰਾਉਣੀ ਹੋਵੇ ਕਿਸੇ ਨੇ ਜੀ, ਉਹਦੇ ਲਈ ਪੇਮੈਂਟ ਤੁਹਾਨੂੰ ਕੈਸ਼ ਕਰਨੀ ਪਊਗੀ, ਔਰ ਡਿਲੀਵਰੀ ਅਸੀਂ ਜਿੱਥੇ ਕਹੋਗੇ ਤੁਹਾਨੂੰ ਫ੍ਰੀ ਹੋਊਗੀ, ਸਾਡੇ ਵੱਲੋਂ ਫ੍ਰੀ ਰਹੂਗੀ ਪੇਮੈਂਟ, ਤੁਹਾਨੂੰ ਐਡਵਾਂਸ ਕਰਨੀ ਪਊ ਗੂਗਲ ਪੇ। ਇੱਕ ਛੋਟੀ ਜਿਹੀ ਰਿਕੁਐਸਟ ਆਪਣੇ ਮੇਰੀ, ਮੈਂ ਹਰ ਵਾਰ ਕਹਿੰਦਾ ਵਾ, ਅਸੀਂ ਫਾਈਨਾਂਸ ਨਹੀਂ ਕਰਦੇ। ਸਾਨੂੰ ਨਾ ਬਹੁਤ ਕੋਲ ਜਾਂਦੀਆਂ ਫਾਈਨਾਂਸ ਵਾਸਤੇ ਕਿ ਫਾਈਨਾਂਸ ਕਰ ਦਿਓ, ਅਸੀਂ ਫਾਈਨਾਂਸ ਨਹੀਂ ਕਰਦੇ, ਕਿਸ਼ਤਾਂ ਨਹੀਂ ਕਰਦੇ, ਕਿਸੇ ਵੀ ਚੀਜ਼ ਕਿਸੇ ਰੂਪ ਵਿੱਚ ਕਿਸ਼ਤਾਂ ਨਹੀਂ ਕਰਦੇ। ਸਿਰਫ ਸਿਰਫ ਕ੍ਰੈਡਿਟ ਕਾਰਡ ਦੇ ਇੰਸਟਾਲਮੈਂਟ ਬਣਾ ਦਿੰਦੇ ਅਸੀਂ, ਕਿਸ਼ਤਾਂ ਕਰਦੇ, ਕ੍ਰੈਡਿਟ ਕਾਰਡ 'ਤੇ ਕਰਦੇ, ਬਾਕੀ ਕੈਸ਼ ਹੀ ਡੀਲ ਕਰਦੇ। ਹਾਂਜੀ, ਬਿਲਕੁਲ। ਸੋ ਆਹ ਮੋਬਾਈਲ ਦੀ ਗੱਲ ਕਰੀਏ, ਇਹ ਰਹਿ ਗਿਆ ਆਪਣਾ। ਇਹ ਜੀ ਵਰਚੂ ਆ ਜੀ, ਵਰਚੂ ਮੋਸਟ ਟ੍ਰੈਂਡਿੰਗ ਫੋਨ ਹੈਗਾ ਵਰਚੂ, ਜਿਹੜਾ ਕਿ 60-70,000 ਰੁਪਏ ਦਾ ਐਮਾਜ਼ਨ ਅਤੇ ਫਲਿੱਪਕਾਰਟ 'ਤੇ ਤੁਸੀਂ ਦੇਖ ਸਕਦੇ ਹੋ ਮਿਲਦਾ ਵੈ। ਇਹ ਆਪਣੇ ਕੋਲੋਂ ਸਿਰਫ ਸਿਰਫ 16,000 ਰੁਪਏ ਦਾ ਮਿਲ ਰਿਹਾ ਵਾ। 16,000 ਰੁਪਏ ਦੇ ਵਿੱਚ ਜੀ, ਸਿਰਫ 16,000 ਰੁਪਏ ਫੋਨ ਮਿਲ ਰਿਹਾ, ਓਰੀਜਨਲ ਵਰਚੂ। ਅੱਛਾ ਜੀ, ਹਾਂ ਬਿਲਕੁਲ ਜੈਨੂਅਨ ਵਰਚੂ ਆ। ਅਤੇ ਬਾਕੀ ਆਹ ਵਰਚੂ ਦੀ ਕਾਪੀਜ਼ ਆ, ਜਿਹੜੀ ਕਿ ਸਿਰਫ 4,000 ਰੁਪਏ ਵੇਚ ਰਹੇ ਲੋਕ, ਇਹਨੂੰ 12-12,000 ਦੇ ਵੇਚੀ ਜਾਂਦੇ। ਅੱਛਾ, ਅਸੀਂ 4,000 ਰੁਪਏ ਦੇ ਰਹੇ ਵਰਚੂ ਦੀ ਕਾਪੀ ਆ, ਚਾਈਨੀਜ਼ ਮਾਡਲ ਆ। ਸੋ ਬਾਕੀ ਫੋਲਡ ਸੀਰੀਜ਼ 'ਤੇ ਆ ਜਾਂਦੇ ਹਾਂ ਆਪਾਂ ਜੀ। ਸਰ ਸੈਮਸੰਗ ਜਿੱਦਾਂ ਕਿ ਤੁਸੀਂ ਦੇਖਦੇ ਆਪਣੇ ਕੋਲ ਸਾਰੀ ਪ੍ਰੀਮੀਅਮ ਸੀਰੀਜ਼ ਪਈ ਹੈ, ਇਹਦੇ ਦੇਖੋ ਆਪਣੇ ਕੋਲ ਫੋਲਡ 6 ਪਿਆ, ਜਿਹੜਾ ਕਿ ਹਲੇ ਬਾਜ਼ਾਰ 'ਚ ਨਵਾਂ ਵੀ ਲੋਕ ਨਹੀਂ ਅਫੋਰਡ ਕਰ ਪਾਏ, ਲੈ ਪਾਏ, ਆਪਾਂ ਪੁਰਾਣਾ ਵੀ ਵੇਚ ਰਹੇ ਹਾਂ। ਅੱਛਾ, ਫੋਲਡ 4, ਫੋਲਡ 6, ਫੋਲਡ 4, ਫੋਲਡ 3 ਸਾਰੇ ਅਵੇਲੇਬਲ ਹੈ ਮਾਡਲ ਆਪਣੇ ਕੋਲ। ਅੱਛਾ, ਫੋਲਡ 6 ਜਿਹੜਾ ਕਿ ਬਾਜ਼ਾਰ 'ਚ ਤੁਹਾਨੂੰ 1,68,000-70,000 ਦਾ ਮਾਡਲ ਹੈਗਾ ਵੈ, ਅਸੀਂ ਉਸ ਨੂੰ 1,35,000 ਰੁਪਏ ਫੋਨ ਦੇ ਦਾਂਗੇ ਤੁਹਾਨੂੰ, ਔਰ ਚੱਲਿਆ ਵੀ ਕਿੰਨਾ ਹੋਇਆ ਵੈ, 6-7 ਦਿਨ, 6-7 ਦਿਨ, 512 GB ਵਾਲਾ ਮਾਡਲ ਹੈ, 512 GB ਵਾਲਾ ਮਾਡਲ। ਜਿਹੜਾ ਫੋਲਡ 4 ਹੈ ਤੁਹਾਨੂੰ ਦੇ ਦਾਂਗੇ 60,000 ਰੁਪਏ ਦਾ, ਫੋਲਡ 3 ਦੇ ਦਾਂਗੇ 42,000 ਰੁਪਏ ਦਾ। ਓਕੇ, ਹਾਂ, ਕੰਡੀਸ਼ਨਾਂ ਤੁਸੀਂ ਦੇਖ ਸਕਦੇ ਹੋ, ਕਲਰ ਤੁਸੀਂ ਦੇਖਦੇ ਹੋ, ਸਾਰਿਆਂ ਨਾਲੋਂ ਐਕਸਟਰਾ ਕਲਰ ਨੇ, ਠੀਕ ਹੈ। ਇਸ ਤੋਂ ਬਾਅਦ ਐਸ 3 ਅਲਟਰਾ ਆ, ਐਸ 3 ਅਲਟਰਾ ਤੁਹਾਨੂੰ ਦੇ ਦਾਂਗੇ 62 ਦਾ, ਬਹੁਤ ਸਾਫ਼ ਫੋਨ ਹੈਗਾ ਵੈ, 256 GB ਵਾਲਾ ਵਰਜ਼ਨ ਹੈ। ਅੱਛਾ ਜੀ, ਸਿਰਫ ਸਿਰਫ ਤੁਹਾਨੂੰ 62,000 ਦੇ ਦਾਂਗੇ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਲਿੱਪ ਪਏ ਆਪਣੇ ਕੋਲ, ਫਲਿੱਪ 4, ਫਲਿੱਪ 3, ਜਿਹੜਾ ਫਲਿੱਪ 4 ਹੈ ਉਹ ਤੁਹਾਨੂੰ ਦੇ ਦਾਂਗੇ ਅਸੀਂ 34,000 ਦਾ, ਫਲਿੱਪ 3 ਦੇ ਦਾਂਗੇ ਤੁਹਾਨੂੰ 24,000 ਰੁਪਏ ਦੇ, 24,000 ਦੇ। ਔਨਲਾਈਨ ਸਟਾਕ ਹੋਊਗਾ ਅਤੇ ਬਹੁਤ ਹੀ ਵਧੀਆ ਵਰਾਇਟੀ ਲੈ ਕੇ। 13 ਦੀ ਗੱਲ ਨਹੀਂ ਕੀਤੀ ਆਪਾਂ, 13 ਦੀ ਗੱਲ ਕਰੀਏ ਜੀ। ਆਈਫੋਨ 13 ਸਾਡਾ ਬਹੁਤ ਹੋਟ ਆਈਟਮ ਹੈ, ਉਹ ਬਹੁਤ ਵਿਕਦਾ ਹੈ ਆਈਫੋਨ 13, ਉਹਦੀ ਡਿਮਾਂਡ ਕਦੀ ਘਟੇ ਨਹੀਂ ਹੈ, ਅਤੇ ਇਸ ਲਈ ਰੇਟ ਵੀ ਬਹੁਤ ਜ਼ਿਆਦਾ ਫਰਕ ਨਹੀਂ ਆਇਆ। ਉਹ 13 ਆਪਾਂ ਤੁਹਾਨੂੰ ਦੇਵਾਂਗੇ, 36 ਤੋਂ ਸਟਾਰਟ ਕਰਾਂਗੇ, ਜਿਹੜੇ ਕੁਛ ਵਧੀਆ ਕੰਡੀਸ਼ਨ ਦੇ ਆ, ਬਹੁਤ ਵਧੀਆ ਕੰਡੀਸ਼ਨ, 38,000-40,000 ਤੱਕ ਵੀ ਮਿਲੂਗੇ, ਸਟਾਰਟਿੰਗ 36,000 ਤੋਂ, ਠੀਕ ਆ। ਸੋ ਨਵਿਆਂ ਦੀ ਗੱਲ ਕਰੇ, ਉਹ ਵੀ ਲੈ ਸਕਦੇ ਜੀ। ਨਵੇਂ ਫੋਨ ਆਪਣੇ ਕੋਲ ਸਾਰੇ ਹੁੰਦੇ, ਆਈਫੋਨ 15 ਦੇਖ ਲਓ ਜਿੱਦਾਂ ਕਿ ਮਾਰਕੀਟ 72-73 ਦਾ ਵਿਕ ਰਿਹਾ, ਔਨਲਾਈਨ ਵੀ 67-68,000 ਦਾ ਵਿਕ ਰਿਹਾ, ਆਪਣੇ ਕੋਲ 66,000 ਰੁਪਏ ਦਾ ਹੈਗਾ। ਠੀਕ ਆ। ਸੋ ਬਾਕੀ ਭਾਅ ਜੀ ਲਾਸਟ 'ਤੇ ਆਪਣਾ ਐਡਰੈਸ। ਐਡਰੈਸ ਆਪਣਾ ਸਰ, ਸ਼ੋਪ ਨੰਬਰ 10, ਸਚਦੇਵਾ ਮੋਬਾਈਲ ਹੱਬ, ਈਸਾ ਨਗਰੀ ਪੁਲੀ, ਨੀਅਰ ਮਿੰਨੀ ਰੋਜ਼ ਗਾਰਡਨ, CMC ਹੋਸਪਿਟਲ ਦੇ ਬਿਲਕੁਲ ਨੇੜੇ ਹੈ, ਸਿਵਲ ਹੋਸਪਿਟਲ ਦੇ ਬਿਲਕੁਲ ਨੇੜੇ ਹੈ, ਈਸਾ ਨਗਰੀ ਪੁਲੀ, ਠੀਕ ਹੈ। ਹਾਂਜੀ। ਸੋ ਮੋਬਾਈਲ ਨੰਬਰ, ਮੋਬਾਈਲ ਨੰਬਰ ਮੇਰਾ 8979975800 8997950 ਆ। ਸੋ ਆਹ ਹੋ ਗਈ ਔਫਰ, ਮੋਬਾਈਲ ਹੋ ਗਏ, ਰੇਟ ਦੱਸਤੇ, ਰਕਸ਼ਾ ਬੰਧਨ 'ਤੇ ਔਫਰ, ਜਿਹੜਾ ਕਰਕੇ ਆਊਗਾ
ਕੀ ਕਮੈਂਟ? ਬਿਲਕੁਲ ਕਮੈਂਟ ਔਰ ਸਬਸਕ੍ਰਾਈਬ ਔਰ ਗਿਫਟ ਤੁਸੀਂ ਦੇਖ ਲਓ ਸਾਡੇ ਕੋਲ ਕਿੰਨੇ ਪਏ ਆ, ਸਾਰਿਆਂ ਨੂੰ ਗਿਫਟ ਦੇ ਕੇ ਭੇਜਾਂਗੇ। ਔਰ ਇਹ ਨਹੀਂ ਕਿ ਇਹ ਇਕੱਲੇ ਰੱਖੜੀ ਤੱਕ ਚੱਲੂਗੀ, ਇਹ ਸਾਰੇ ਇਹ ਆਪਣੀ ਨਿਊ ਈਅਰ ਤੱਕ ਆਫਰ ਚੱਲਣ ਵਾਲੀ ਆ, ਲੋਹੜੀ ਤੱਕ ਚੱਲਣ ਵਾਲੀ ਆ। ਆਈ ਜਾਣੇ ਆ, ਵਲੌਗ ਅਪਡੇਟ ਹੋਈ ਜਾਣੇ ਆ, ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ। ਬਾਕੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਲਾਸਟ ਤੱਕ ਦੇਖਣ ਲਈ, ਥੈਂਕ ਯੂ।